ਮਾ ਖੇਡ ਮੈਦਾਨਾਂ ਦੇ ਵੱਲੋਂ ਹਾਕਮ ਸਿੰਘ ਵਾਲਾ ਵਰਸਜ ਸਾਹੋ ਕੇ ਬੀ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਖੇਡੇ ਜਾਣੇ ਆ। ਪਲੇਅਰ ਆਪੋ ਆਪਣੀਆਂ ਟੀਮਾਂ ਲੈ ਕੇ ਜਲਦੀ ਨਾਲ ਖੇਡ ਮੈਦਾਨਾਂ ਦੇ ਵੱਲ ਆ ਜਾਣ, ਇਹ ਮੇਰੀ ਗੁਜ਼ਾਰਿਸ਼ ਹੈ। ਪਲੇਅਰ ਧਿਆਨ ਦੇਣ ਆਪੋ ਆਪਣੇ ਸਮੇਂ ਦੇ ਨਾਲ। ਸਮਾਧ ਭਾਈ ਵਰਸਜ ਤਖਤੂਪੁਰੇ ਦੇ ਦਰਮਿਆਨ ਖੇਡ ਮੈਦਾਨ ਦੇ ਅੰਦਰ ਮੈਚ ਸ਼ੁਰੂ ਹੋਣ ਜਾ ਰਿਹਾ। ਆਪਾਂ ਤੱਕ ਰਹੇ ਹਾਂ ਅੱਜ ਪੰਜਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ। ਕੌਰ ਸਿੰਘ ਵਾਲੇ ਦੀ ਧਰਤੀ ਜ਼ਿਲ੍ਹੇ ਬਠਿੰਡੇ ਦਾ ਪ੍ਰਸਿੱਧ ਨਗਰ ਪਵਿੱਤਰ ਗਰਾਊਂਡਾਂ ਦੇ ਵਿੱਚ, ਜਿੱਥੇ ਕੱਲ 65 ਕਿਲੋ ਭਾਰ ਵਰਗ ਦੇ ਮੁਕਾਬਲੇ ਆਪਾਂ ਤੱਕੇ ਹੈ, ਉੱਥੇ ਅੱਜ 75 ਕਿਲੋ ਭਾਰ ਵਰਗ ਦੇ ਮੁਕਾਬਲੇ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਖੇਡੇ ਜਾਣੇ ਹੈ। ਔਰ ਜਦ ਅਕੈਡਮੀਆਂ ਦੇ ਮੈਚਾਂ ਦੀ ਗੱਲ ਹੋਣੀ ਹੈ ਤਾਂ ਗੱਲ ਵੱਖਰੀ ਹੋਵੇਗੀ, ਜਦੋਂ ਦੁਨੀਆਂ ਦੇ ਐਨ ਸੁਪਰ ਸਟਾਰ ਆਪਣੀ ਖੇਡ ਦਾ ਪ੍ਰਦਰਸ਼ਨ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਵਿਖਾਉਣਗੇ। ਉੱਥੇ ਅੱਜ ਸਾਡਾ ਵੀਰ ਉਸਤਾਦ ਬਿੱਟੂ ਸੈਦੂਕੇ ਵਾਲਾ ਜਦੋਂ ਗੱਲ ਕਰੇਗਾ ਤਾਂ ਗੱਲ ਵੱਖਰੀ ਹੋਵੇਗੀ। ਉੱਥੇ ਸਾਡਾ ਵੀਰ ਰੁਪਿੰਦਰ ਜਲਾਲ ਤੇ ਸਖਰਾਜ ਰੋਡਿਆਂ ਵਾਲਾ, ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਅੱਜ ਇਸ ਕੱਪ ਤੇ ਪੁੱਜਣਾ, ਕਿਉਂਕਿ ਮਾਲਵੇ ਮਾਝੇ ਤੇ ਦੁਆਬੇ ਦੀ ਕਰੀਮ ਜਦੋਂ ਪੁੱਜਣੀ ਹੈ, ਜਦੋਂ ਉਹਨਾਂ ਨੇ ਸਿਫਤ ਕਰਨੀ ਹੈ ਤਾਂ ਗੱਲ ਵੱਖਰੀ ਹੋਵੇਗੀ। ਅੱਜ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਐਨ ਸਿਰੇ ਦੇ ਜਿਹੜੇ ਮੈਚ ਆਪਾਂ ਤੱਕਾਂਗੇ, ਅਕੈਡਮੀਆਂ ਦੇ ਮੈਚ ਕਰਵਾਏ ਜਾਣੇ ਆ। ਪੰਜਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਅੱਜ ਆਪਾਂ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਤੱਕਾਂਗੇ। ਔਰ ਮੇਰੀ ਟੀਮਾਂ ਨੂੰ ਬੇਨਤੀ ਹੈ, ਡੇਰਾ ਜੀਤਾ ਵਰਸਜ ਘੰਡਾ ਬੰਨਾ, ਹਾਕਮ ਸਿੰਘ ਵਾਲਾ ਵਰਸਜ ਸਾਹੂ ਕੇ ਬੀ, ਇਹ ਟੀਮਾਂ ਆਪੋ ਆਪਣੇ ਸਮੇਂ ਦੇ ਅਨੁਸਾਰ ਅਗਲੇ ਮੈਚਾਂ ਦੇ ਲਈ ਜਲਦੀ ਨਾਲ ਖੇਡ ਮੈਦਾਨਾਂ ਦੇ ਬੁਲਾਉਣ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਰਬੱਤ ਸੰਗਤਾਂ ਨੂੰ, ਅੱਜ ਦਾ ਪਵਿੱਤਰ ਦਿਹਾੜਾ ਜਿੱਥੇ ਪਿੰਡ ਕੌਰ ਸਿੰਘ ਵਾਲਾ ਦੇ ਵਿੱਚ ਅਮਰ ਸ਼ਹੀਦ ਬਾਬਾ ਕੋਇਰ ਸਿੰਘ ਜੀ ਦੀ ਯਾਦ ਵਿੱਚ ਅਮਰ ਸ਼ਹੀਦ ਬਾਬਾ ਕੋਇਰ ਸਿੰਘ ਸੱਭਿਆਚਾਰਕ ਐਂਡ ਸਪੋਰਟਸ ਕਲੱਬ ਵੱਲੋਂ ਪੰਜਵਾਂ ਕਬੱਡੀ ਕੱਪ ਕੱਲ੍ਹ ਤੋਂ ਸ਼ੁਰੂ ਹੈ, ਉੱਥੇ ਨਾਲ ਨਾਲ ਅੱਜ ਦਾ ਪਵਿੱਤਰ ਦਿਹਾੜਾ ਦਮਦਮੀ ਟਕਸਾਲ ਦੇ 14ਵੇਂ ਮੁਖੀ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਵਿੱਤਰ ਜਨਮ ਦਿਹਾੜੇ ਦੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਆਓ ਗੁਰੂ ਸਵਾਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨਾਂ 'ਚ ਅਰਦਾਸ ਬੇਨਤੀ ਹੋ ਚੁੱਕੀ ਹੈ, ਸਤਿਗੁਰਾਂ ਤੋਂ ਹੁਕਮਨਾਮੇ ਸਰਵਣ ਕੀਤੇ ਜਾ ਚੁੱਕੇ ਹੈ। ਅਤੇ ਅੱਜ ਦੇ ਪੰਜਵੇਂ ਕਬੱਡੀ ਕੱਪ ਦੇ ਜਿਹੜੇ ਦੂਸਰੇ ਦਿਨ ਦੇ ਫਾਈਨਲ ਮੈਚ ਹੈ, ਇਹਨਾਂ ਦਾ ਆਨੰਦ ਮਾਣਨ ਵਾਸਤੇ ਮਾਨਯੋਗ ਨਗਰ ਨਿਵਾਸੀ ਬਾਹਰੋਂ ਆਏ ਜਿਤਨੇ ਵੀ ਦਰਸ਼ਕ ਵੀਰ, ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਥਾਨਾਂ 'ਤੇ ਬੈਠੋ। ਔਰ ਜਿਹੜੀਆਂ ਇੱਧਰ ਅੱਗੇ ਲੰਘ ਕੇ ਕੁਰਸੀਆਂ ਲੱਗੀਆਂ, ਉਹ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਕੁਰਸੀਆਂ ਜਿਹੜੇ ਵੀਰਾਂ ਨੇ ਸਾਡੀ ਕਲੱਬ ਨੂੰ ਉਚੇਚੇ ਤੌਰ 'ਤੇ ਮਾਇਆ ਦੇ ਕੇ ਸਾਡੀ ਸਹਾਇਤਾ ਕੀਤੀ ਹੈ, ਜਾਂ ਮਾਨਯੋਗ ਨਗਰ ਦੇ ਜਿਤਨੇ ਵੀ ਕੋਈ ਬਾਹਰੋਂ ਰਿਸ਼ਤੇਦਾਰ ਸਾਕ ਸੰਬੰਧੀ ਆਉਂਦੇ ਹੈ, ਉਹਨਾਂ ਵਾਸਤੇ ਕੁਰਸੀਆਂ ਲਾਈਆਂ ਗਈਆਂ। ਬਾਕੀ ਦਰਸ਼ਕਾਂ ਲਈ ਸਾਈਡਾਂ ਦੇ ਟਰਾਲੀਆਂ ਲਾ ਕੇ ਤੁਹਾਡੇ ਮੈਚ ਦੇਖਣ ਦਾ ਇੰਤਜ਼ਾਮ ਕੀਤਾ ਗਿਆ ਹੈ। ਸੋ ਆਪਣੀ ਆਪਣੀ ਜਗ੍ਹਾ 'ਤੇ ਤੁਸੀਂ ਸ਼ਾਮਾਂ ਤੱਕ ਮੈਚਾਂ ਦਾ ਆਨੰਦ ਮਾਣਨਾ ਹੈ। ਔਰ ਨਾਲ ਨਾਲ ਚਾਹ ਅਤੇ ਗੁਰੂ ਕਾ ਲੰਗਰ ਬਾਬਾ ਜੀ ਦੀ ਯਾਦਗਾਰ 'ਤੇ ਚੱਲ ਰਿਹਾ ਹੈ, ਉਹਦੇ ਲਈ ਬੇਨਤੀ ਹੈ ਵੀ ਅੱਜ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਕਈ ਵਾਰ ਪਤਾ ਕੀ ਹੁੰਦਾ ਵੀ ਚਾਹ ਪਾਣੀ ਛੱਕ ਕੇ ਕਿਸੇ ਨੇ ਕੱਪ ਨਾਲੀ 'ਚ ਸਿੱਟਤਾ, ਕਿਸੇ ਨੇ ਛੱਪੜ ਨਹੀਂ ਚਲਾਤਾ। ਸੋ ਇਸ ਕਰਕੇ ਤੁਸੀਂ ਸਾਡੇ ਘਰ ਮਹਿਮਾਨ ਆਏ ਹੋ ਅਤੇ ਤੁਸੀਂ ਮਹਿਮਾਨ ਨਵਾਜੀ ਦਾ ਨਿੱਘ ਜਿਹੜਾ ਮੰਨਣਾ ਹੈ, ਇਸ ਕਰਕੇ ਥੋੜ੍ਹਾ ਡਿਸਿਪਲਿਨ ਦਾ ਖਿਆਲ ਰੱਖਣਾ ਹੈ। ਪ੍ਰਸ਼ਾਦਾ ਛਕਣ ਜਾਣਾ ਤਾਂ ਵੀ ਜਿਸ ਤਰ੍ਹਾਂ ਪ੍ਰਬੰਧ ਕਹਿ ਰਹੇ ਆ ਉਹਨਾਂ ਦੇ ਮੁਤਾਬਕ ਚਾਹ ਛਕਣੀ ਹੈ ਤਾਂ ਮਿਲਣਾ ਸਭ ਨੂੰ ਹੈ, ਚਾਹ ਪ੍ਰਸ਼ਾਦਾ ਖੁੱਲ੍ਹਾ ਕੋਈ ਗੱਲ ਨਹੀਂ, ਪਰ ਡਿਸਿਪਲਿਨ ਭੰਗ ਨਹੀਂ ਕਰਨਾ, ਇਸ ਬੇਨਤੀ ਨੂੰ ਪ੍ਰਬੰਧ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਾਡੇ ਦਰਮਿਆਨ ਜਿਨ੍ਹਾਂ ਦਾ ਹਰ ਕਬੱਡੀ ਕੱਪ ਲਈ, ਇਕੱਲੇ ਕਬੱਡੀ ਕੱਪ ਲਈ ਨਹੀਂ, ਕਦੇ ਵੀ ਕੋਈ ਵੀ ਸਮਾਗਮ ਹੈ, ਹਰ ਸਮਾਗਮ ਲਈ ਜਿਨ੍ਹਾਂ ਦਾ ਸਾਡੇ ਲਈ ਬੜਾ ਵੱਡਾ ਸਹਿਯੋਗ ਹੁੰਦਾ ਹੈ, ਸਰਦਾਰ ਇੰਦਰਜੀਤ ਸਿੰਘ ਜੀ, ਅਮਰੀਕ ਸਿੰਘ ਕਨੇਡਾ, ਜੱਸਾ ਮੱਲੇਆਣਾ, ਜਸਵੀਰ ਸਿੰਘ ਵਰਗੇ, ਲਖਵੀਰ ਸਿੰਘ ਵਰਗੇ, ਔਰ ਰੂਪ ਸਿੰਘ ਇਟਲੀ, ਹੋਰ ਜਿਹੜੇ ਨੌਜਵਾਨ ਵੀਰ ਵਿਦੇਸ਼ਾਂ 'ਚ ਬੈਠੇ ਵੀ ਆਪਣੇ ਵਤਨ ਦੀ ਮਿੱਟੀ ਦੇ ਨਾਲ ਮੋਹ ਕਰਦੇ ਹੋਏ
सानू सहयोग दिंदे आ ते साडे दरमियान सरदार इंद्रजीत सिंह जी अमरीक सिंह जी इस परिवार के दामाद सत्कारयोग पहुंच चुकी है स्टेज पर विराजमान है दिल दियां गहराइयां विचों उन्हां नूं जीओ आ बहुत बहुत धन्यवाद सो आओ जी मैच शुरू हो चुके हैं मैचों का आनंद मानना करो वाहिगुरु जी का खालसा वाहिगुरु जी की फतेह आगे ने खिडारी खिच के तैयारी मेहनत के नाल देखो बाडियां सिंगारी लगूगा मैदान विच खुड़ जोर चोटी अड्डी का कौडी तो हीरा बन जे जिहनूं लग जे इश्क कबड्डी का कौडी तो हीरा बन जे जिहनूं लग जे इश्क कबड्डी का मैच इस वे तगड़ा खेडिया जा रहा है समाज की टीम है जी सप्पड़ वाली साइड स्टेज वाली साइड जी तीन पातशाह चरण शुद्ध धरती तख्तपुरा साहब है ते हुण गदारियां वाले दीपे की कबड्डी पैंदी है खेड ग्राउंड दे विच चार जाफी देखदा वी मुकाबला करनगे एक पासे फौजी ते सरपंच आ ते फौजी दे नाल मुकाबला हुंदा है नाल बेंत होड़ी पुजे हुए धन्नवाद आ गोरे वर्गे जिंदर होड़ी कबड्डी खिडारी विशेष तौर ते पुजे हुए बहुत वड्डा धन्नवाद है आ खिडारी दा कहिंदे पिंड रसूलपुर जगराऊ दे लागे है पर पाला नाम है सौजंदा है दोवें हथ जोड़ के ध्यावां रब नूं बाज वाली अखा नाल देखा सब नूं बाज वाली अख नाल देखा सब नूं हुण कहिंदे वी सिट बड़ा सोहना लगदा ते चारे जाफी सरदार है हुण पटका बंधिया चिट्टा जूड़े ते सोहना लगदा है ते लिखदा वी पाले दी कबड्डी ते मुकाबला बहुत सोहना ते दरदयालपुरी दा देव कहिंदा वी पैण जिहड़ा धावी दे हिस्से जुड़ गया पैण जिहड़ा रेडर दे हिस्से जुड़ गया बहुत वड्डी सोच वाली गल है क्योंकि सारे बजन दे सिख सरदार गभरू ते काके दी कबड्डी पैंदी है समाध वाले दी इक कन्नी सरपंच आ एक ते फौजी हुण देखदा वी सरपंच दे नाल मुकाबला हुंदा है माघी दे मेले ते उस नौजवान नूं देसी घिआ उहदे टीम दे नाल वड्डे पद्धर ते मान सम्मान होए पर समाध वाला काका बहुत ही तगड़ा पैंट अपनी टीम दे हिस्से जोड़दा होए उधर कबड्डी 365.com राहीं पूरे वर्ल्ड दे विच अज दे इस कबड्डी टूरनामेंट दा लाइव टैलीकास्ट हो रहा है टैलीकास्ट हो रहा है भावें कोई कनेडा बैठा भावें कोई इंग्लैंड भावें कोई अमेरिका दे विच आ खिडारी दा पिंड कहिंदे लास्ट ਸੰਗਰੂਰ ਜ਼ਿਲ੍ਹੇ ਦਾ ਪੱਲਣ ਪਿੰਡ ਹੈ ਮੇਰੇ ਵੀਰਿਓ ਸੰਗਰੂਰ ਜ਼ਿਲ੍ਹੇ ਦਾ ਲਾਸਟ ਪਿੰਡ ਐਨ ਹਰਿਆਣੇ ਦੀ ਹੱਦ ਤੇ ਆਉਂਦਾ ਹੈ ਤੇ ਇਧਰ ਪੱਲਣ ਵਾਲਾ ਰਹਿਕਾ ਬਹੁਤ ਸੋਹਣਾ ਪੈਂਟ ਤਖਤਪੁਰੇ ਸਾਹਿਬ ਦੀ ਟੀਮ ਦੇ ਵਿੱਚ ਜੋੜਦਾ ਹੋਇਆ ਹੈ ਪਾ ਵੀ ਗਦਾਰੇ ਵਾਲਾ ਦੀਪਿਆ ਕਬੱਡੀ ਨੌਜਵਾਨ ਨੇ ਉਧਰ ਦਰਸ਼ਕ ਪੁੱਜੇ ਹੋਏ ਸਾਰੇ ਦਰਸ਼ਕਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿੰਨੇ ਵੀ ਪਿੰਡ ਦੇ ਦਰਸ਼ਕ ਜੁੜ ਚੁੱਕੇ ਹੈ ਮੇਰੀ ਬੇਨਤੀ ਹੈ ਟੀਮ ਨੂੰ ਸਾਹੂ ਕੇ ਬੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਦੂਸਰੀ ਟੀਮ ਵੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆਵੇ ਹਾਕਮ ਸਿੰਘ ਵਾਲਾ ਗਵਾਂਢੀ ਪਿੰਡ ਹੈ ਤੇ ਸਰਪੰਚ ਨੇ ਗੁੱਟ ਫੜ ਲਿਆ ਪੁੰਦੜ ਦੇ ਕੀਪੇ ਵਾਂਗੂ ਤੇ ਮਾਰ ਕੇ ਕੈਂਚੀ ਤੇ ਇਧਰ ਭੋਡੀਪੁਰੇ ਦਾ ਨਿੰਮਾ ਇਸ਼ਾਰਾ ਕਰਦਾ ਹੈ ਵੀ ਪੈਂਟ ਜਿਹੜਾ ਤਖਤਪੁਰਾ ਸਾਹਿਬ ਦੀ ਟੀਮ ਦੇ ਹਿੱਸੇ ਜੁੜਦਾ ਹੋਏ ਜਗਰਾਊਂ ਦੇ ਲਾਗੇ ਕਹਿੰਦੇ ਰਸੂਲਪੁਰ ਪਿੰਡ ਭਾਵੇਂ ਹੈਪੀ ਦੀ ਗੱਲ ਹੋਈ ਭਾਵੇਂ ਗੱਲ ਕਾਲੂ ਦੀ ਅੱਜ ਦੀ ਗੱਲ ਕਰੀਏ ਤਾਂ ਪਿੰਦੇ ਵਰਗੇ ਸਟਾਰ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਰਸੂਲਪੁਰ ਪਰ ਦੂਸਰੇ ਪਾਸੇ ਗੁਰਪਿੰਦੇ ਦਾ ਪਿੰਡ ਸਮਾਧ ਹੈ ਤੇ ਉਹਦੇ ਭਾਵੇਂ ਗੱਲ ਪੰਮੇ ਦੀ ਹੈ ਪੰਮਾ ਵੀ ਪੰਜਾਬੀ ਰਾਈਟਰ ਹੈ ਤੇ ਇੱਧਰ ਦੇਖਦਾ ਵੀ ਸਰਦਾਰ ਖਿਡਾਰੀ ਮੇਰੇ ਵੀਰਿਓ ਮਰ ਜਾਣਿਆ ਮਾਨਾ ਵੇ ਗੁਰੂ ਦੀ ਸਿੱਖੀ ਗੁਰ ਨੂੰ ਤਿੱਖੀ ਸਿਰ ਕੱਟ ਦਾ ਕੱਟ ਜਾਵੇ ਗੁਰੂ ਦੀ ਕਾਇਮ ਰਹੇ ਸਰਦਾਰੀ ਗੁਰੂ ਦੀ ਕਾਇਮ ਰਹੇ ਸਰਦਾਰੀ ਤੇ ਸਰਦਾਰੀ ਵੀ ਕਾਇਮ ਤੇ ਤਕੜਾ ਜਾਫਾ ਵੀ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਏ ਪਾ ਵੀ ਨੌਜਵਾਨ ਨੇ ਕਬੱਡੀ ਡੇਰਾ ਜੀਤਾ ਵਰਸਜ ਘੰਟਾ ਮੰਨਾ ਦੀਆਂ ਟੀਮਾਂ ਔਰ ਹਾਕਮ ਸਿੰਘ ਵਾਲਾ ਵਰਸਜ ਸਾਹੋ ਕੇ ਬੀ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਸਾਹੋ ਕੇ ਬੀ ਦੀ ਟੀਮ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀ ਹੈ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆਵੇ ਧੰਨਵਾਦ ਹੈ ਦੋਨੋਂ ਟੀਮਾਂ ਪੁੱਜੀਆਂ ਡੇਰਾ ਜੀਤਾ ਵਰਸਜ ਘੰਟਾ ਮੰਨਾ ਇਹ ਵੀ ਟੀਮਾਂ ਜਲਦੀ ਨਾਲ ਖੇਡ ਮੈਦਾਨਾਂ ਦੇ ਬੁਲਾ ਜਾਣ ਡੇਰਾ ਜੀਦਾ ਵਰਸਜ ਘੰਟਾ ਮੰਨਾ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਵੇਗਾ ਇਧਰਲੇ ਪਾਸੇ ਬਿਲਕੁਲ ਕਬੱਡੀ ਦੀ ਤਿਆਰੀ ਕਰਦਾ ਭੱਲੜ ਪਿੰਡ ਕਹਿੰਦੇ ਜਿਹੜੇ ਸੰਗਰੂਰ ਦਾ ਲਾਸਟ ਪਿੰਡ ਹੈ ਬਾਰਡਰ ਭਵੇਂ ਪੈ ਜਾਂਦਾ ਤੇ ਹਰਿਆਣੇ ਦੀ ਗੱਲ ਹੋ ਜਾਂਦੀ ਹੈ ਪੰਜਾਬ ਤੇ ਹਰਿਆਣੇ ਦੇ ਵਿਚਕਾਰ ਆ ਖਿਡਾਰੀ ਦਾ ਪਿੰਡ ਆ ਜਾਂਦਾ ਹੁਣ ਭੱਲਣ ਪਿੰਡ ਦਾ ਰੈਂਕਾ ਅੱਜ ਪੁੱਤ ਬਣ ਕੇ ਤਖਤਪੁਰਾ ਸਾਹਿਬ ਦਾ ਖੇਡਦਾ ਹੈ ਜਿਹੜੇ ਸੰਗਰੂਰ ਵਾਲਾ ਖਿਡਾਰੀ ਕਬੱਡੀ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਹੁਣ ਤਿੰਨ ਜਾਫੀਆਂ ਦੀ ਬਿਆਉਤਬੰਦੀ ਬਣਾਈ ਹੈ ਵੀ ਕਿਵੇਂ ਢੱਕਣਾ ਇਸ ਖਿਡਾਰੀ ਨੂੰ ਇਸ ਸਮੇਂ ਨੇ ਸਮਝੌਤਾ ਕਰਨਾ ਤੇ ਆਓ ਦੇਖੋ ਸਾਹਮਣੇ ਇੱਕ ਪਾਸੇ ਹੁਣ ਹਰਿਆਣੇ ਦੀ ਹੱਦ ਵਾਲਾ ਹੈ ਤੇ ਇੱਕ ਪਾਸੇ ਜਿਹੜੇ ਮੋਗੇ ਦਾ ਸਮਾਧ ਪਿੰਡ ਗੁਰਪਿੰਦੇ ਦਾ ਪਿੰਡ ਹੈ ਚਰਖੀ ਤੇਰੇ
हट गया रवाज लोगों में इकट्ठे होके बैठता सत्थ वाली निम भी किसी ने पटती आखदा है पंबा लोकी करते नहीं कम यारो हुण दी जवानी नशिया ने पटती हुण दी जवानी नशिया ने पटती है भावे पंबे समाध वाले ने लिखे है पर समाध वाले ने बहुत तगड़ा जफा ला के अंक अपनी टीम के हिस्से जोड़ दा गए उधर निकी निकी धुप ते मैच बहुत तगड़ा ते विचकार देखदे जी दयालपुरे दा देव है ते नाल निम्मे दी जोड़ी बहुत मशहूर है कबड्डी दे मैदानां दे विच ते उधर कैमरे फॉक्स ते काके दी कबड्डी ते ऐन सरपंच दे नाल मुकाबला होंदा है पर पैण जिहड़ा धावी दे हिस्से जुड़दा होए काके दे हिस्से जुड़दा होए हाकम सिंह वाला वर्सेज साहो के बी ਇਹ ਦੋਨੇ ਟੀਮਾਂ ਅਗਲੇ ਮੈਚਾਂ ਦੇ ਲਈ ਤਿਆਰ ਵਰ ਤਿਆਰ ਰਹਿਣ ਇਹ ਮੇਰੀ ਬੇਨਤੀ ਹੈ ਲਓ ਚੱਲਦੇ ਹੋਏ 75 ਕਿਲੋ ਭਾਰ ਵਰਗ ਦੇ ਮੁਕਾਬਲੇ ਅੱਜ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਆਪਾਂ ਤੱਕ ਰਹੇ ਹਾਂ ਉਧਰਲੇ ਪਾਸੇ ਬੋਲਿਆ ਹੋਇਆ ਧਾਵਾ ਨੌਜਵਾਨ ਦਾ ਤਿੰਨ ਯਾਫੀਆਂ ਦੀ ਘੁੰਮਦੀ ਹੋਈ ਚੈਨ ਦੇ ਵਿੱਚੋਂ ਦੇਖਦੇ ਹਾਂ ਕਿਹੜੇ ਸਿੱਖ ਸਰਦਾਰ ਦੇ ਨਾਲ ਹੋਵੇਗਾ ਮੁਕਾਬਲਾ ਇਹ ਸਮੇਂ ਦੀਆਂ ਬਾਤਾਂ ਹੋਣਗੀਆਂ ਲਓ ਸਿੱਖ ਸਰਦਾਰ ਗੱਭਰੂ ਕਰਦਾ ਟਰਾਈ ਤੇ ਅੰਕ ਲੈ ਕੇ ਵਾਪਸ ਆਉਂਦਾ ਹੋਇਆ ਇਹ ਧਾਵੀ ਤਾਕਤੂ ਪਰਿਵਾਲਾ ਲੱਖਾ ਜਿਹਾ ਟੀਮ ਦੇ ਹਿੱਛ ਦੇ ਵਿੱਚ ਜੋੜਦਾ ਹੋਇਆ ਚੱਲ ਵੀ ਸਕੀਨਾ ਪਾ ਫਰਗਲੀ ਕਬੱਡੀ ਲਓ ਸਮੁੰਦਰ ਜਿਹਾ ਕੱਦ ਗੋਰਾ ਨਿਸ਼ੋਰਾ ਰੰਗ ਇਸ ਨੌਜਵਾਨ ਦਾ ਉਧਰ ਸੂਰਜ ਦੇਵਤਾ ਨੇ ਵੀ ਆਪਣੇ ਦਰਸ਼ਨ ਕਰਵਾਏ ਹੈ ਚੱਲਦੇ ਹੋਏ ਮੈਚ ਲਓ ਮੇਰੇ ਪੰਜਾਬੀ ਵੀਰੋ ਕੇਓਲ ਬੇਖ ਪੈ ਗਿਆ ਪੇਚਾ ਉੜਦਾ ਵਿੱਚ ਮੈਦਾਨ ਦੇ ਰੇਤਾ ਚੜ ਗਿਆ ਵਿੱਚ ਸਮਾਨਾਂ ਦੇ ਤੇ ਬਾਂਗ ਚਰਖੜਿਆ ਘੁੰਮਦੇ ਪਰ ਖੋਜੋਰ ਜਵਾਨਾਂ ਦੇ ਨਿਮਾ ਭੋਟੀਪੁਰੇ ਵਾਲਾ ਫੈਸਲੇ ਕਰਦਾ ਕਿ ਅੰਕ ਜਿਹੜਾ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਲਈ ਜਾ ਜੋੜਿਆ ਹਾਕਮ ਸਿੰਘ ਵਾਲਾ ਵਰਸਜ ਸਾਹੋ ਕੇ ਵੀ ਇਹ ਟੀਮਾਂ ਅਗਲੇ ਮੈਚਾਂ ਦੇ ਲਈ ਤਿਆਰ ਵਰ ਤਿਆਰ ਹੋ ਕੇ ਜਲਦੀ ਦੇ ਨਾਲ ਖੇਡ ਮੈਦਾਨਾਂ ਦੇ ਵੱਲ ਆ ਜਾਣ ਇਹ ਮੇਰੀ ਬੇਨਤੀ ਹੈ ਕਿਉਂਕਿ ਸਮਾਂ ਬੜਾ ਘੱਟ ਹੈ ਔਰ ਟੀਮਾਂ ਆਪਣੇ ਕੋਲੇ ਕਾਫੀ ਹੈ ਇਸ ਕਰਕੇ ਜਿਹੜੀਆਂ ਟੀਮਾਂ ਆਪੋ ਆਪਣੇ ਸਮੇਂ ਦੇ ਅਨੁਸਾਰ ਜਲਦੀ ਨਾਲ ਖੇਡ ਮੈਦਾਨਾਂ ਦੇ ਵੱਲ ਆ ਜਾਣ ਉੱਥੇ ਆਪਾਂ ਦੇਖਦੇ ਹਾਂ ਅੱਜ ਉਸਤਾਦ ਬਿੱਟੂ ਸੈਦੋ ਕੈਂਵਾਲੇ ਦਾ ਵੀ 11,000 ਨਗਦ ਰਾਸ਼ੀ ਦੇ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾਣਾ ਲਓ ਚੱਲਦੇ ਹੋਏ ਮੁਕਾਬਲੇ 75 ਕਿਲੋ ਭਾਰ ਵਰਗ ਦੇ ਤਾਕਤੂ ਪਰੇ ਦਾ ਪੁੱਤ ਬਣ ਖੇਡਦਾ ਦੂਸਰੇ ਪਾਸੇ ਗਿਆਨੀ ਕਰਦਾ ਟਰਾਈ ਸਮਾਂ ਬੀਤਦਾ ਜਾ ਰਿਹਾ ਹੰਦੇ ਬੜੀ ਦੂਰ ਹੈ ਮੁਕਾਬਲਾ ਸਖ਼ਤ ਹੈ ਮੇਰੇ ਪੰਜਾਬੀ ਵੀਰੋ ਉਹ ਬਾਹ ਸੁਣਿਆ ਸੁੱਕਾ ਜਾਵੇ ਨਾ ਪਰ ਅੰਕ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਉਧਰਲੇ ਪਾਸੇ ਮੈਂ ਦੇਖਦਾ ਦਿਆਲਪੁਰੇ ਵਾਲਾ ਦੇਵ ਫੈਸਲੇ ਕਰਦਾ ਔਰ ਅਗਲੀ ਗੱਲ ਸਾਡਾ ਵੀਰ ਤਾਰੀ ਹਿੰਮਤ ਪਰੇ ਵਾਲਾ ਕਰਨ ਜਾ ਰਿਹਾ ਇਸ ਨੌਜਵਾਨ ਦੀ ਸਿਫਤ ਕਰੀ ਤਾਰੀ ਪਾਵੀ ਕਾਕਿਆ ਕਬੱਡੀ ਨੌਜਵਾਨ ਕਾਕੇ ਦੀ ਕਬੱਡੀ ਹੈ 32 ਕਿਲੋ ਖੇਡੀ ਤੇ ਮਧੇਕਿਆਂ ਦੀ ਧਰਤੀ ਤੇ ਪਹਿਲਾਂ ਇਸ ਖਿਡਾਰੀ ਨੂੰ ਸਾਈਕਲ ਦਿੱਤਾ ਗਿਆ ਪਹਿਲਾਂ ਮਧੇਕਿਆਂ ਦੀ ਟੀਮ ਲਈ ਕਾਫੀ ਲੰਬਾ ਸਫ਼ਰ ਖੇਡਿਆ ਖਿਡਾਰੀ ਤੇ ਫੌਜੀ ਕਹਿੰਦੇ ਸਿਰੇ ਦਾ ਜਾਫੀ ਹੈ ਬੜਾ ਚੀੜਾ ਜਾਫੀ ਹੈ ਬਜਨੀ ਮੈਚਾਂ ਦਾ ਤੇ ਇਧਰਲੇ ਪਾਸੇ ਪੈਣ ਜਿਹੜਾ ਕਾਕਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਤੇ ਪਾਵੀ ਨੌਜਵਾਨ ਕਬੱਡੀ ਜਾਂ ਫਿਰ ਪਾਲੇ ਦੀ ਗੱਲ ਆ ਜਾਂ ਰਹਿੰਕੇ ਦੀ ਗੱਲ ਹੈ ਤੇ ਪਾੜੀ ਦਾ ਪੀਤਾ ਹੋਇਆ ਕੁੱਟ ਦੇ ਪਾਲਾ ਰਸੂਲਪੁਰ ਪਿੰਡ ਦਾ ਜ਼ਿਲ੍ਹੇ ਲੁਧਿਆਣੇ ਦਾ ਮੇਰੇ ਵੀਰ ਕਬੱਡੀ ਦੇ ਮੈਦਾਨ ਦੇ ਵਿੱਚ ਵਾਧਾ ਹੋਇਆ ਪਿੰਡ ਵੀ ਰਸੂਲਪੁਰੀ ਪੱਕੇ ਤੌਰ ਕਨੇਡਾ ਜਾ ਵਸਿਆ ਪਰ ਕਬੱਡੀ ਦੀ ਗੱਲ ਹੈ ਕਬੱਡੀ ਦੇ ਵਿੱਚ ਮੇਰੇ ਵੀਰੋ ਬੜੀ ਚਰਚਾ ਰਹੀ ਹੈ ਰਸੂਲਪੁਰੀਏ ਕਾਲੂ ਦੀ ਤੇ ਹੁਣ ਕਬੱਡੀ ਦੇ ਮੈਦਾਨ ਦੇ ਵਿੱਚ ਪਾਲਾ ਇੱਕ ਜਲਾਲਪੁਰ ਦਾ ਪਾਲਾ ਦੁਨੀਆ ਇਧਰ ਪਾਲਾ ਰਸੂਲਪੁਰ ਪਿੰਡ ਦਾ ਉਧਰ ਬੇਅੰਤ ਹੋਣੀ ਵੀ ਬੈਠੇ ਹੈ ਪੈਰਾਂ ਭਾਰ ਹੋਈ ਖੜੇ ਹੈ ਕਹਿੰਦਾ ਵੀ ਮੈਚ ਤਕੜਾ ਹੈ ਤਕੜੇ ਮੈਚ ਦੀ ਸ਼ੁਰੂਆਤ ਤੇ ਦੂਸਰੇ ਪਾਸੇ ਪਾਲਾ ਬਹੁਤ ਹੀ ਛੋੜਾ ਪੈਂਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਏ ਹੈ ਪਾ ਵੀ ਕਾਕਿਆ ਕਬੱਡੀ ਨੌਜਵਾਨ ਨੇ ਕਾਕਾ ਵੀ ਇੱਕ ਘਣੀ ਵਾਲ ਕਾਕੇ ਦੀ ਗੱਲ ਹੋਈ ਇੱਕ ਸਖਦਾਲਤ ਦਾ ਕਾਕਾ ਹੋ ਗਿਆ ਤੇ ਪਰ ਆਹ ਕਾਕਾ ਮੇਰੇ ਵੀਰ ਸਵਾਦ ਪਿੰਡ ਦਾ ਹੈ ਕਬੱਡੀ ਦੀ ਬਿਲਕੁਲ ਤਿਆਰੀ ਕਰਦਾ ਹੋਏ ਹੈ ਦੋਵੇਂ ਹੱਥ ਜੋੜ ਕੇ ਧਿਆਵਾਂ ਰੱਬ ਨੂੰ ਬਾਜ ਵਾਲੀ ਅੱਖ ਨਾਲ ਦੇਖਾ ਸਭ ਨੂੰ ਬਾਜ ਵਾਲੀ ਅੱਖ ਨਾਲ ਦੇਖਾ ਸਭ ਨੂੰ ਐਨ ਦਰਸ਼ਕਾਂ ਦੀਆਂ ਨਿਗਾਹਾਂ ਇਹ ਧਾਵੀ ਦੇ ਉੱਪਰ ਹੈ ਪਰ ਧਾਵੀ ਦੀਆਂ ਨਿਗਾਹਾਂ ਚਾਰ ਜਾਫੀਆਂ ਦੇ ਉੱਪਰ ਹੈ ਤੇ ਸਰਪੰਚ ਦੇ ਨਾਲ ਮੁਕਾਬਲਾ ਖੁੱਦਾ ਪਰ ਭੋਡੀਪੁਰੇ ਦਾ ਨਿੰਮ ਕਹਿੰਦਾ ਵੀ ਪੈਣ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਏ ਹੈ ਪੈਣ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਏ ਹੈ ਹਾਕਮ ਸਿੰਘ ਵਾਲੇ ਦੀ ਟੀਮ ਹੈ ਗਰਾਊਂਡ ਦੇ ਵਿੱਚ ਪੁੱਜੇ ਹਾਕਮ ਸਿੰਘ ਵਾਲਾ ਗਵਾਂਢੀ ਪਿੰਡ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆਵੇ ਸਾਹੋ ਕੇ ਵੀ ਟੀਮ ਪੁੱਜੀ ਹੋਈ ਹੈ ਪਾ ਵੀ ਰਹਿੰਕਿਆ ਕਬੱਡੀ ਨੌਜਵਾਨ ਨੇ ਸੰਗਰੂਰ ਜ਼ਿਲ੍ਹੇ ਦਾ ਰਹਿੰਕਾ ਕਬੱਡੀ ਦੀ ਬਿਲਕੁਲ ਤਿਆਰੀ ਕਰਦਾ ਹੋਏ ਹੈ ਹਾਕਮ ਸਿੰਘ ਵਾਲੇ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਹਾਕਮ ਸਿੰਘ ਵਾਲੇ ਦਾ ਮੈਚ ਸਾਹੋ ਕੇ ਵੀ ਦੇ ਨਾਲ ਅਗਲਾ ਮੈਚ ਹੋਣਾ ਹੈ ਕੱਲ੍ਹ ਹੋਣੀ ਸੀ ਮੈਚ ਕਿਉਂਕਿ ਭਰਾਵੋ ਹਨੇਰਾ ਹੋ ਗਿਆ ਹਨੇਰੇ ਦੇ ਵਿੱਚ ਡਿਸੀਜਨ ਲੈਣਾ ਬਹੁਤ
हो जाता है पर कमेटी ने जेड़े सवेर से मैच रखे है तो हूँ देखता भी रेंका एन हल्का झुकता हो हूँ तीन जाफी है तो सोहने लगते हैं जाफी मेरे वीर हूँ तीन जाफिया से देखता भी जूड़े ते चिट्टे रवाल बधे हुए है तो वधिया खिलाड़ी लगते हैं पर रेंके की कबड्डी है जिले संगरूर वाले की हूँ तीन जाफिया से एन मुकाबला गुड़ है भी कि जाफी डकदा है ये समय की गल है समय की गल पर रेंका बहुत ही सोहना पैंट अपनी टीम के हिस्से जुड़ता तो चलते हुए मैच के तख्तपुरा साहब की टीम विनर रही है नोट कर लियो जी तख्तपुरा साहब की टीम चलते मैच की विनर टीम है अठा मैचों के जेडे चार मैच होने हैं उस दियां टाइया पाइया जा रही साडे प्रबंधक वीर जानकारी दे रहे हैं टाइया जिहड़ियां तुहाडे सामने पाइया जा रही जेकर किसी भी खिडारी नूं कोई डाउट है तां के मिल सकदे है तख्तपुरा साहब की टीम जिहड़ी चलदे मैच की जेतू टीम रही है साडे प्रबंधक वीर नोट करन तख्तपुरा साहब की टीम चलदे मैच की जेतू टीम है हाकम सिंह वाला वर्सज साहू क्या दरम्यान जिहड़ा मैच खेड मैदान के अंदर खेडिया जाना हाकम सिंह वाला वर्सज साहू के दोनों टीमों के दरम्यान तकड़े मैच की शुरुआत हो जा रही है आपां तक रहे हैं खेड मैदान के अंदर पंजवां शानदार कबड्डी टूरनामेंट अज इन्हां खेड मैदान के अंदर 75 किलो भार वर्ग के मुकाबले मेरे पंजाबी वीरों आपां तकन जा रहे हैं हाकम सिंह वाला ते साहू के बी दियां टीमां दरमियान इस वेले मैच जिहड़ा शुरू हो जा रहा है मेरी बेनती है घंटा बंदा दी टीम नूं भी है वह भी ग्राउंड दे विच आवे घंटा बंदा है ते विरोधी टीम है डेरा जीता डेरे जीते का मैच होना भी घंटा बन्ने दे नाल ये भी दोनों टीमां ग्राउंड दे विच आ जाण लास्ट मैच है ते इस वेले मैच जिहड़ा शुरू हो गया साहू के बी दी टीम है वो टीम सत्तर वाले पासे चली गई है ते स्टेज वाली शायद है गवांडी पिंड हाकम सिंह वाले दी टीम है ते हाकम सिंह वाले दी टीम है ते इधर पहली कबड्डी हाकम सिंह वाले दे धावी ने पाई है ते साहू के पिंड मां जाफियां झांजर वाला गिट्टा ते पट्टा तो बची हुई खिच दे कलावा भर लिया है ते दयालपुरे दा देव है निगाह टकाई खड़ा है गल समय दी है गल समय दी है पैंट जिहड़ा जाफियां दे हिस्से जुड़दा हुआ है हेलो दो मिनट का समा अठ मैचों दियां जिहड़ियां टाइयां पाइया जा रही चार मैच खेडे जाने हैं जे किसी खिडारी नूं कोई डाउट है तां आके मिल सकदा साडे प्रबंधक वीर जानकारी दे रहे हैं लो इधर कहिंदे संदीप सिंह दी कबड्डी पैंदी है संदीप खेड कौडी दे मैदान दे विच कबड्डी पा रहे साहू के पिंड दा हुण चार जाफी है हाकम सिंह वाले दा भरपूर सिंह पूरे दी भी चर्चा रही पहला कबड्डी दे मैदानां विच पंजाबी मां बोली दी काफी लंबा चिर सेवा कीती उस नौजवान ने डेरे जीते दी टीम नूं मेरी बेनती है कि अपना 200 रुपया जिहड़ा जमा करवा देण डेरे जीते दी टीम कोल है साडे प्रबंधक वीर जानकारी दे रहे हैं लो उधरले पासे चलदा सख्त मुकाबला भूंदड़ वाले कीपे वांगू फड़िया होया गुट लगदी होई कैंची देखदे आ मेरे पंजाबी वीरो देव दयालपुरे वाला की फैसले करदा ये तां समय दियां बातां होणगियां समा बीतदा जा रहा 30 सेकंड का समा और ऐन टिकटकी लगा के इन्हां मैचां दा आनंद माणी जा रहे हैं साडे दर्शक वीर लो चलदे होए 75 किलो भार वर्ग के मुकाबले और देव दयालपुरे वाला फैसले करदा कि अंक नौजवान जाफी ने टीम दे लई जोड़ दिंदा पावी हरदीप नौजवान है कबड्डी हरदीप नाम है खारा पिंड उस नौजवान दा हुण चार जाफी है एन कन्नी वाला जां बचाले टुट के जाफी ट्राई करदा पर पैण जिहड़ा रेडर दा है मेरी बेनती है वीरे जीते दी टीम हले तक नहीं पुजी पर कमेटी ने कहा भी 200 रुपया वीरे वह भी पहुंचदा कर दिओ जीते दी टीम दा वह भी कोई एंट्री रहिंदी है वह भी कृपा करके जमा करवा देण दोनों टीम ग्राउंड दे विच आ गई निम्मे अगले मैच दियां टाइयां जरूर पा लियो जी ताजो कि आप टीमों सद लीए अगले मैचों दियां टाइयां जरूर पा लियो तो आप टीमों सद लीए बहुत बहुत धन्यवाद है कहना सेवा देश की जिंदड़ी है बड़ी औखी गल्लां करनियां ढेर सखलियां ने जिन्हां सेवा देश विच पैर पाया है उन्हां लख मुसीबतां झलियां ने उन्हां लख मुसीबतां झलियां ने हुण संदीप दी कबड्डी है ते सोहणा शरीर है ते बहुत सोहणी कबड्डी दा मालक है ते बहुत तगड़ा पैंट अपनी टीम दे हिस्से जोड़दा होए जिन्ने दर्शक
इस कबड्डी के टूरनामेंट से पहुंच चुके हैं अमर शहीद बाबा कौर सिंह जी स्पोर्ट्स क्लब बहुत बड़ा धन्यवाद कर रही है इस कबड्डी कप से पहुंचने बहुत बड़ा धन्यवाद कर रही है क्योंकि कमेटी ने बहुत बड़े उपराले किए दर्शकों को खड़ने लिए पहला तो स्टेडियम बनाया बाद ट्रालियां लाइया इधर चेहरा लगी हुई है बहुत बहुत धन्यवाद समुची क्लब का कल्याण का निकू ट्राई करता है परेडर बहुत सोहना पैंट अपनी टीम के हिस्से जुड़ रहा है पावी हरदीप कबड्डी नौजवान लो हरदीप नौजवान दिया बोलिया होया धावा एक कौकिया वाला हरदीप मां खेड कबड्डी दे विच प्रसिद्ध है एक ए हरदीप मेरे पंजाबी वीरो बोलिया होया धावा चार याफियां दी घूमदी होई चैन दे विचों मैं देखदा करदा याफी ट्राई ते ए हरदीप नौजवान अंक लेके वापस जांदा होया और लखा जिहा अंक अपनी टीम दे हिस्से जोड़दा होया जीदा खुरद अवरज घंटा बन्ना ए टीमां अगले मैचां दे लई तैयार वर तैयार हो रहन ए मेरी बेनती है टीमां आपो अपने समय दे नाल जल्दी नाल खेड मैदाना दे वल जुड़ जान चल भी सकीना पा फरग लो इधरले पाछे कबड्डी पाउण दे लई धावी ने बोलिया होया धावा के फिर कंधा विच टक्करां तू मारदा पता लग जूगा तोले होए भार दा जदों टक्करू कोई भैड़े परिवार दा तां किते भी नहीं जी लगदा घोड़ी घोड़ियां च वेख ली भजा के ते घरे पता की लगदा जलाल वर्सज राडा क्लब घोलिया गौशाला भगता वर्सज कौर सिंह वाला तख्तूपुरा वर्सज देसू योधा ये टीम अगले मैचों के लिए तैयार वर तैयार रहना जलाल ते राड़ा क्लब घोड़िए दी टीम दरमियान मैच होना है ये भी टीम खेड ग्राउंड के आ जाए जलाल ते राड़ा क्लब घोड़िए ले भी दसी भीरे कि टीम जित चुकी इस मैच के पेंटा वाला एक बार जानकारी देकर जाए साहू के बी की टीम इस मुकाबले की जेतू टीम है मेरे माणूकियों के नाल मैच आप लास्ट से कर ला माणूकियों के नाल मैच हो गया भीरे साहूकियों का हुण मैच घंटा बंदे का खेडिया जाना है चीदे दे नाल ये टीम ग्राउंड के चलिया जा घंटा बंद मेरे घंटा बंदे की टीम ग्राउंड के नहीं आई काफी लंबा समा हो गया घंटा बंदे के प्लेयर कट देनी है टीम जलाल ते राड़ा क्लब घोलिया ये ग्राउंड के आ जा जलाल वर्सज राणा क्लब घोलिया गौशाला भगता वर्सज कौर सिंह वाला तख्तूपुरा वर्सज देसू योधा ये टीम अगले मैचों के लिए तैयार वर तैयार रहन साहो के वर्सज माणू के गिल ये भी टीम अपने मैचों के लिए तैयारी फड़ देन और जलाल वर्सज राणा क्लब घोलिया गौशाला भगता वर्सज कौर सिंह वाला तख्तूपुरा वर्सज देसू योधा ये टीम अपने मैचों के अनुसार मेरे घंटा बन्ने की जो टीम आई हुई है दसे नहीं टीम कट्टी जानी है घंटा बन्ने पिंड की जे कि आ रही है तो दसे जलाल ते राड़ा क्लब घोलिया ये भी टीम खेड ग्राउंड के घंटा बन्ना मेरे जल्दी ना आया करो मेरे काफी लंबा समा हो गया कमेटी ने 9 बजे का टाइम दिता मेरी बेनती है टीमों के प्लेयरों को कृपा करके साथ देन ताजो कि आप मैच जल्दी न करवा दीए जलाल ते राड़ा क्लब घोली है गौशाला भगता ते कौर सिंह वाला है गौशाला भगता ते कौर सिंह वाले का पहला मैच हो गया भीरे तख्तपुरा ते देसू जोता यह दूसरा मुकाबला इहदी टीम ग्राउंड के आ जाण नाल ही साहू के बी ते माणू के गिल जलाल ते राणा क्लब घोलिया पहला मैच होवेगा गौशाला भगता ते कौर सिंह वाले का तख्तपुरा ते देसू जोधा ये टीम खेड ग्राउंड के आ जाण गौशाला भगता ते कौर सिंह वाला तख्तपुरा ते देसू जोधे दीआं टीमां दरमियान मुकाबले होणगे मैच शुरू करा दो जी घंटा बंदन के चीते का मेरी बेनती है गौशाला भगता ते कौर सिंह वाले का बहुत तगड़ा मैच खेडा जाना ये भी टीम खेड ग्राउंड के आ जाए कौर सिंह वाला ते भगता इन्हों टीमों के दरमियान बहुत तगड़ा मैच खेडा जाना पहला मैच की शुरुआत हो जा रही है चीता ते एक पासे टीम घंटा बंदी पिंड की मैच शुरू करा दो जी हैलो
हाँ जी बेनती है भी स्कूल दे विच कुछ वीर स्टैंड बनाउण लगे है उन्होंने बेनती है भी स्कूल दे विच स्टैंड नहीं बनाउणा कुछ वीर साइकिल स्टैंड बनाउण लगे स्कूल दे विच उन्होंने बेनती है प्रबंधकां वल्लों भी स्कूल दी हदूद दे अंदर कोई स्टैंड नहीं बनाउणा बैटी मन सदी कर रही गौशाला भगता वर्सज कौर सिंह वाले का जिहड़ा अगला मैच खेडिया जाएगा गौशाला भगता वर्सज कौर सिंह वाला तख्त उपरा वर्सज देसू योधा ये भी अपने मैचों के अनुसार खेड मैदान के वलाउण लै भी तारी छेडा नोट करा दी वीरे चीदे की जिहड़ी टीम है वह सप्पड़ वाली साइड खेड रही है चीदे की टीम सप्पड़ वाली साइड ते स्टेज वाली साइड है ਘੰਡਾ ਬੰਨੀ ਪਿੰਡ ਦੀ ਟੀਮ ਹੈ ਕਾਵੀ ਗੁਲਾਬ ਸਿੰਘ ਕਬੱਡੀ ਨੌਜਵਾਨ ਹੈ ਹੈਲੋ ਹੈਲੋ ਬਾਈ ਜੀ ਆ ਡੇਰਾ ਚੀਦਾ ਹੀ ਹੈ ਨਾ ਹਾਂਜੀ ਹਾਂਜੀ ਬਾਈ ਚੀਦਾ ਕੇ ਜੀਦਾ 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 ਜੀ ਇਹਨਾਂ ਦੀ ਵੀਰੇ 200 ਰੁਪਿਆ ਐਂਟਰੀ ਰਹਿੰਦੀ ਆ ਜੀਦੇ ਦੀ ਜੀਦੇ ਦੀ ਟੀਮ 200 ਰੁਪਿਆ ਪੁੱਜਦਾ ਕਰ ਦਵੇ ਲਓ ਚੱਲਦੇ ਹੋਏ ਮੁਕਾਬਲੇ ਖੇਡ ਮੈਦਾਨਾਂ ਦੇ ਅੰਦਰ ਆਪਾਂ ਤੱਕ ਰਹੇ ਹਾਂ 75 ਕਿਲੋ ਭਾਰ ਵਰਗ ਦੇ ਅੱਜ ਕੌਰ ਸਿੰਘ ਵਾਲੇ ਦੀਆਂ ਪਵਿੱਤਰ ਗਰਾਊਂਡਾਂ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਪ੍ਰਸਿੱਧ ਨਗਰ ਦੇ ਵਿੱਚ ਚੱਲਦੇ ਹੋਏ ਮੁਕਾਬਲੇ ਉਧਰਲੇ ਪਾਸੇ ਦੇਵ ਦਿਆਲ ਪਰੇ ਵਾਲਾ ਫੈਸਲੇ ਕਰਦਾ ਅੰਕ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਚੱਲ ਵੀ ਸਕੀਨਾ ਪਾ ਫਿਰ ਹੈਲੋ ਇੱਕ ਮਿੰਟ ਮੈਚ ਰੋਕੋ ਜੀ ਮਾੜਾ ਜਿਹਾ ਐਂਟਰੀ ਰਹਿੰਦੀ ਹੈ ਬਾਈ ਜੀਦੇ ਦੀ 200 ਰੁਪਿਆ एंट्री पहला गौशाला भगता वर्सज कौर सिंह वाला ਇਹ ਟੀਮਾਂ ਅਗਲੇ ਮੈਚਾਂ ਦੇ ਲਈ ਤਿਆਰ ਵਰ ਤਿਆਰ ਰਹਿਣਾ ਅਗਲਾ ਮੈਚ ਖੇਡਿਆ ਜਾਵੇਗਾ ਬੜਾ ਤਕੜਾ ਮੈਚ ਖੇਡ ਮੈਦਾਨਾਂ ਦੇ ਅੰਦਰ ਆਪਾਂ ਤੱਕਾਂਗੇ ਗਊਸਾਲਾ ਭਗਤਾ ਵਰਸਜ ਕੌਰ ਸਿੰਘ ਵਾਲਾ ਤਖਤ ਉਪਰਾ ਵਰਸਜ ਦੇਸੂ ਯੋਧਾ ਇਹ ਵੀ ਟੀਮਾਂ ਵੀਰੇ ਭਗਤਾ ਤੇ ਕੌਰ ਸਿੰਘ ਵਾਲੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਭਗਤਾ ਤੇ ਕੌਰ ਸਿੰਘ ਵਾਲੇ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ ਬਹੁਤ ਤਕੜਾ ਮੈਚ ਖੇਡ ਕਬੱਡੀ ਦਾ ਖੇਡਿਆ ਜਾਣਾ ਹੈ ਤਖਤਪੁਰਾ ਸਾਹਿਬ ਤੇ ਦੇਸੂ ਯੋਧੇ ਦੀਆਂ ਟੀਮਾਂ ਦਰਮਿਆਨ ਜਲਾਲ ਤੇ ਰਾੜਾ ਕਲੱਬ ਘੋੜੀਆ ਮਾਣੂ ਕੇ ਗਿੱਲ ਤੇ ਸਾਹੂ ਕੇ ਬੀ ਇਹ ਵੀ ਟੀਮਾਂ ਤਿਆਰੀ ਕਰਕੇ ਆਜ਼ਾਦ ਗਰਾਊਂਡ ਦੇ ਵਿੱਚ ਪਾ ਵੀ ਨੌਜਵਾਨ ਇੱਕ ਘੰਡਾ ਬੰਨੀ ਪਿੰਡ ਕਹਿੰਦੇ ਜ਼ਿਲ੍ਹੇ ਬਠਿੰਡੇ ਦਾ ਇਹ ਵੀ ਮਾਨਬੱਤਾ ਪਿੰਡ ਹੈ ਘੰਡਾ ਫੁੱਲੇ ਵਾਲਾ ਫੂਲ ਢਬਾਲੀ ਰਾਮਪੁਰਾ ਬੜੀ ਮਸ਼ਹੂਰ ਪਿੰਡ ਹੈ ਤੇ ਹੁਣ ਕਬੱਡੀ ਦੇ ਮੈਦਾਨ ਦੇ ਵੀ ਦੇਖਦਾ ਵੀ ਚੀਦੇ ਦੇ ਚਾਰ ਤਿੰਨ ਜਾਫੀਆਂ ਦੀ ਘੁੰਮਦੀ ਚੈਨ ਦੇ ਵਿੱਚੋਂ ਕਿਹੜਾ ਟਰਾਈ ਕਰਦਾ ਹੈ ਪਰ ਘੰਡਾ ਬੰਨਾ ਪਿੰਡ ਜ਼ਿਲ੍ਹੇ ਔਰ ਬਠਿੰਡੇ ਦੀ ਗੱਲ ਜਗਦੀਪ ਦਾ ਪਿੰਡ ਹੈ ਵੀਰੋ ਜਗਦੀਪ ਭਾਵੇਂ ਇਟਲੀ ਰਹਿੰਦਾ ਹੈ ਪਰ ਕਬੱਡੀ ਦਾ ਬਹੁਤ ਵੱਡਾ ਫੈਨ ਹੈ ਤੇ ਸਾਹਮਣੇ ਮੁਕਾਬਲਾ ਕਰਦਾ ਜਿਵੇਂ ਚੂੜ ਚੱਕਦਾ ਪੱਪੂ ਮੂਹਰੇ ਹੋ ਕੇ ਡੱਗਦਾ ਜਿਵੇਂ ਖਾੜੇ ਦੇ ਨਿੱਕੇ ਦੀ ਗੱਲ ਖੋਦੀ ਹੈ ਪਰ ਅੱਜ ਨਿੱਕੇ ਕਬੱਡੀ ਦੇ ਸਟਾਰ ਇਹਨਾਂ ਖੇਡ ਕਬੱਡੀ ਦੇ ਗਰਾਊਂਡਾਂ ਵਿੱਚ ਖੇਡਣਗੇ ਨਿੱਕੇ ਸਟਾਰ ਮੇਰੇ ਵੀਰੋ ਕੋਈ ਕੈਨੇਡਾ ਕੋਈ ਇੰਗਲੈਂਡ ਕੋਈ ਅਮਰੀਕਾ ਔਰ ਪੱਕੇ ਤੌਰ ਤੇ ਰਹਿੰਦਾ ਹੋਵੇਗਾ ਇਹ ਸਮੇਂ ਦੀ ਗੱਲ ਖੋੜੀ ਹੈ ਸਮੇਂ ਦੀ ਗੱਲ ਖੋੜੀ ਹੈ ਤੇ ਪਾ ਵੀ ਜੀਂਦੇ ਵਾਲੇ ਕਬੱਡੀ ਸਾਹੋ ਕਿਤੇ ਭਗਤੇ ਦੀ ਟੀਮ ਜਿਹੜੀ ਵੀ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਵਾਲਾ ਤੇ ਭਗਤਾ ਕੌਰ ਸਿੰਘ ਵਾਲਾ ਤੇ ਭਗਤਾ ਇਹ ਦੋਨੇ ਟੀਮਾਂ ਅਗਲੇ ਮੈਚਾਂ ਦੇ ਲਈ ਤਿਆਰ ਵਰ ਤਿਆਰ ਰਹਿਣ ਲਓ ਜੀਦੇ ਵਾਲੇ ਨੌਜਵਾਨ ਦਾ ਬੋਲਿਆ ਹੋਇਆ ਧਾਵਾ ਦੂਸਰੇ ਪਾਸੇ ਘੰਡੇ ਬੰਨੇ ਵਾਲਾ ਕਰਦਾ ਟਰਾਈ ਤੇ ਫੈਸਲਾ ਕੀ ਹੋਵੇਗਾ ਇਹ ਨਿਮਾ ਭੋਡੀਪੁਰੇ ਵਾਲਾ ਫੈਸਲੇ ਕਰੇਗਾ ਸਮਾਂ ਬੀਤਦਾ ਜਾ ਰਿਹਾ ਹੰਦੇ ਬੜੀ ਦੂਰ ਹੈ ਤੇ ਦਰਸ਼ਕ ਵੀਰ ਐਨ ਟਿਕਟਕੀ ਲਗਾ ਕੇ ਇਹਨਾਂ ਖੇਡਾਂ ਦਾ ਆਨੰਦ ਮਾਣੀ ਜਾ ਰਹੇ ਹੈ ਔਰ ਅੰਕ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅੰਕ ਜਾਫੀ ਦਾ ਚੱਲ ਵੀ ਸੋਹਣਾ ਕਬੱਡੀ ਲਓ ਘੰਡੇ ਬੰਨੇ ਵਾਲੇ ਨੌਜਵਾਨ ਦਾ ਬੋਲਿਆ ਹੋਇਆ ਧਾਵਾ ਕਿ ਦੇਣ ਵਾਲਾ ਦਾਤਾ ਕਦੇ ਕਿਸੇ ਤੇ ਨਹੀਂ ਛੜੀਦਾ ਜੋ ਉਹਨੇ ਦਿੱਤਾ ਸਕਰਾਨਾ ਬਸ ਕਰੀਦਾ ਚੁੱਕੀ ਲੋਕੋ ਬੰਦਾ ਉਹ ਵਾਧਾ ਨਹੀਂ ਅੱਗੇ ਵਿੱਚੋਂ ਵਿੱਚ ਬੈਠਾ ਜਿਹੜਾ ਘੋਲੀ ਆ ਬਜ਼ਹਿਰ ਸੱਟੀ ਦਾ ਨਹੀਂ ਦਿਲ ਮਿਲ ਜਾਂਦੀ ਹੈ ਤਰੱਕੀ ਮਿਲ ਜੇ ਤਰੱਕੀ ਫਿਰ ਸੱਟੀ ਦੇ ਨਹੀਂ ਪੈਰ ਮਿਲ ਜੇ ਤਰੱਕੀ ਫਿਰ ਸੱਟੀ ਦੇ ਨਹੀਂ ਪੈਰ ਅੰਕ ਲੈ ਕੇ ਵਾਪਸ ਆਉਂਦਾ ਹੋਇਆ ਇਹ ਘੰਡੇ ਬੰਨੇ ਵਾਲਾ ਨੌਜਵਾਨ ਆਪਣੀ ਟੀਮ ਦੇ ਲਈ ਲੱਖਾਂ ਦੇ ਅੰਕ ਦਾ ਵਾਧਾ ਕਰਦਾ ਕੌਰ ਸਿੰਘ ਵਾਲਾ ਤੇ ਗੌਸਲਾ ਭਗਤਾ ਹਲੇ ਤੱਕ ਟੀਮ ਨਹੀਂ ਪੁੱਜੀ ਹੈ ਮੇਰੀ ਬੇਨਤੀ ਆ ਦੋਨੇ ਟੀਮਾਂ ਦੇ ਖਿਡਾਰੀਆਂ ਨੂੰ ਕਿਰਪਾ ਕਰਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ ਕੌਰ ਸਿੰਘ ਵਾਲਾ ਇਸੇ ਪਿੰਡ ਦੀ ਟੀਮ ਹੈ ਦੂਸਰੇ ਪਾਸੇ ਭਗਤੇ ਦੀ ਟੀਮ ਹੈ ਇਹ ਦੋਨੇ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਗਊਸਾਲਾ ਭਗਤਾ ਤੇ ਕੌਰ ਸਿੰਘ ਵਾਲਾ ਇਹ ਟੀਮਾਂ ਨੂੰ ਮੇਰੀ ਬੇਨਤੀ ਹੈ ਤਖਤਪੁਰਾ ਸਾਹਿਬ ਤੇ ਦੇਸੂ ਜੋਧਾ ਨਾਲ ਜਲਾਲ ਤੇ ਰਾੜਾ ਕਲੱਬ ਘੋੜੀਆ ਸਾਹੂ ਕੇ ਬੀ ਤੇ ਮਾਣੂ ਕੇ ਗਿੱਲ ਇਹ ਟੀਮਾਂ ਕਬੱਡੀ ਦੇ ਖੇਡ ਗਰਾਊਂਡ ਦੇ ਵਿੱਚ ਆ ਜਾਣ ਲਓ ਸਾਹਮਣੇ ਦੇਖਦਾ ਵੀ ਗੁਲਾਬ ਸਿੰਘ ਦੀ ਕਬੱਡੀ ਹੈ ਜਾਂ ਦੂਸਰੀ ਖਿਡਾਰੀ ਦੀ ਔਰ ਲਾਲ ਗਿੱਸੇ ਦੇ ਵਿੱਚ ਕਬੱਡੀ ਪੈਂਦੀ ਹੈ ਨਿੱਘੀ ਨਿੱਘੀ ਧੁੱਪ ਤੇ ਰੰਗ ਬਰੰਗੀਆਂ ਝੰਡੀਆਂ ਤੇ ਕੁਝ ਦਰਸ਼ਕ ਪੁੱਜ ਚੁੱਕੇ ਆ ਕੁਝ ਘਰਾਂ ਤੋਂ ਤਿਆਰੀ ਖਿੱਚ ਰਹੇ ਤੇ ਕੁਝ ਰਾਸਤੇ ਦੇ ਵਿੱਚ ਹੈ ਸਾਰੇ ਦਰਸ਼ਕਾਂ ਦਾ ਬਹੁਤ ਵੱਡਾ ਧੰਨਵਾਦ ਹੈ ਤੇ ਇੱਧਰ ਕਹਿੰਦੇ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਤੇ
मान सन्मान गुणे उस शख्सियत ने भावे गल बई सिमरे दी है कबड्डी का एक स्टार कबड्डी खिडारी है सिमर कौर सिंह वाले का जिन्हों सत्ता कल्याण ते पम्मा रणसी खुरद ते नाल सरब आलम वाला ते पिंदा आलम वाला इन्हां वालों बुलट दे के मान सन्मान दिते जाने हैं ते उधर नाल वड्डे पद्धर ते मान स्वर्गवासी सरदार गुरदेव सिंह बराड़ के परिवार वालों उदे का भी विशेष तौर पर मान सन्मान गुण है भावे कनेडा रहा है भावे गल सिमरे दी है यदा भी मान सन्मान गोबे गोल्डी का पक्के तौर पर मान सन्मान ते उधर बूटा रामू वाले का इन्हां वीरां दे जिहड़े मान सन्मान अज दे कबड्डी टूरनामेंट ते गुणगे कौर सिंह वाला ते भगते दीआं टीमां भाई जीते दी एंट्री नहीं आई हुण असीं मैच बंद कर लगे आ कौर सिंह वाला ते भगता ए टीमां अगले मैचां दे लई तैयार वर तैयार रहण मैं हुणी वेख्या बिंदरू वर्गे वार्म अप होई जा रहे आ अगले मैचां दे लई एक मिनट मैच रोक लो जी जीते दी एंट्री नहीं आई नहीं दूजिआं नूं जेतू करार दे दो जे एंट्री दे दो पहलां आके ਵੀਰੇ ਮੇਰੀ ਬੇਨਤੀ ਆ ਭਗਤਾ ਤੇ ਕੌਰ ਸਿੰਘ ਨਾਲ ਇਹ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਭਗਤੇ ਦੀ ਟੀਮ ਦੱਸੀ ਵੀਰੇ ਵੀਰੇ ਪਹਿਲਾਂ ਐਂਟਰੀ ਨਹੀਂ ਹੈ ਔਰਲੀ ਨੂੰ ਜੇਤੂ ਕਰਾਰ ਦੇ ਦਿਓ ਬਸ ਮਗਰੋਂ ਕਿੱਥੇ ਜੇ ਹਾਰ ਕੇ ਤੁਸੀਂ ਮੁੜ ਕੇ ਤੁਰ ਜਾਣਾਗਾ ਵੀਰੇ ਕੌਰ ਸਿੰਘ ਵਾਲੇ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਕੌਰ ਸਿੰਘ ਵਾਲੇ ਦੀ ਟੀਮ ਸਹੀ ਗੱਲ ਆ ਵੀਰੇ ਪਹਿਲਾਂ ਐਂਟਰੀ ਦੇ ਦਿਓ ਕੋਈ ਗੱਲ ਨਹੀਂ ਮੈਚ ਬਾਕੀ ਹੈ ਟਾਈਮ ਆਪਣੇ ਕੋਲੇ ਥੋੜਾ बाद किडमिया की मैच करवाने हैं मेरी बेनती है प्लेयर कृपा करके एंट्री देरे कौर सिंह वाले की टीम हले तक ग्राउंड नहीं आई कौर सिंह वाले की टीम ग्राउंड आवे बहुत तगड़ा मैच खेडा जाना मेरे भगते दे नाल ये टीम खेड ग्राउंड आ जाए लै भी बंग है आदि पिंड की टीम सद नौ जाने तगड़ा मैच गुण सामने तगड़े मैच की शुरुआत हो जाती है भगते दे नाल मुकाबला गुण है जिन्हां दी टीम लई खारा खारे दा संगा ते उधरले पासे लखे बलगे पुजे होए है और बिंदर धूरकोट रसी वाला भी पुजिया होया है बहुत बहुत धन्यवाद है ये सारे खिलाड़ियों दा कबड्डी दे इक स्टार पुजे होए है ते नाल कहिंदे बिट्टू सैदो दा एक 11,000 रुपये दे नाल ते राज बराड़ पंजाबी लोग एक नी तू एडी की तू जैलदार नी तेरे डिग्गिया रुमाल फड़ाइए 21,000 रुपये दे नाल मान सन्मान अज दे इस कबड्डी टूरनामेंट दे होणगे बहुत वड्डियां शख्सियत है अज दे इस कबड्डी कप ते पुज रही है जिते बहुत वड्डे मान सन्मान है सरदार इंद्रजीत सिंह जी नाल जस्सा मल्लेआण ते अमरीक सिंह कनेडा 51,000 दे मान सन्मान इस कबड्डी कप दे लई उधर स्वर्गवासी परसन सिंह बराड़ उन्हां वल्लों भी मेरे वीर 231 पाउंड दिते जाणे है ते उधर सरदार उदे जैलदार कनेडा भावे जैलदार परिवार का है कबड्डी का एक थंभ रहा है $300 दिते जाने ते नाल बेस्ट रेट ते बैठ जा फिर LCD दित्तियां जाणगियां बहुत वड्डे माण वाली गल है मेरे पिंड वालिआं दस्सी बई कि टीम जित चुकी इस मैच के पिछों ले वीरे जीते की टीम नोट कर ली जीत चुकी है वीरे जीते की टीम इस मैच की जेतू टीम है बागे नोट करवा दी भरा वीरे कौर सिंह वाले की टीम आज भी फिर सोने ग्राउंड के बड़े तकड़े मैच की जी शुरुआत आप तकड़ जा रहे हैं कौर सिंह वाला भगते के दरम्यान मेरे पंजाबी वीरों मैच एंड सिरे का मैच खेड मैदान के अंदर खेडा जाना अगला मैच तख्तूपरा वर्सिज देसू योधा ये भी टीम अगले मैचों के लिए तैयार बर तैयार रहन तख्तूपरा वर्सिज देसू योधा का जो अगला मैच खेडा जाएगा भगता वर्सिज कौर सिंह वाले का एन कांटेदार टक्कर आप खेड मैदान के अंदर तकन जा रहे हैं अज शुरुआत इस मैच की मेरे पंजाबी वीरो पांचवां शानदार कबड्डी टूरनामेंट पवित्र ग्राउंडां दे विच आपां तक रहे हैं बठिंडे जिले का प्रसिद्ध नगर कौर सिंह वाले दी धरती दे उत्ते अज पांचवां शानदार कबड्डी टूरनामेंट लो दोनों टीम पुज गई और एन सिरे का मैच खेड मैदान के अंदर आपां तकांगे।